ਮੰਡੀਆਂ 'ਚ ਜਾਂਦੇ ਹਾਂ, ਉੱਥੇ ਜਿਹੜੀਆਂ ਮੋਇਸਚਰ ਖਰੀਦ ਤੋਂ ਜਿਹੜਾ ਵੱਧ ਪਿਆ ਜੀ, ਉਹ ਢੇਰੀਆਂ ਨੂੰ ਖਰੀਦਣ ਵਾਸਤੇ ਜਿਹੜੇ ਕਿਸਾਨ ਹੈ ਉਹ ਸਾਨੂੰ ਮਜਬੂਰ ਕਰਦੇ ਆ ਜੀ। ਜਿਹੜੀਆਂ ਢੇਰੀਆਂ ਜਿਹੜੀਆਂ ਹੈਗੀਆਂ ਉਹ ਮੰਡੀ 'ਚ ਨਾ ਆਉਣ ਜਾਂ ਇੱਕ ਦੋ ਢੇਰੀਆਂ ਚੁਕਵਾਈਆਂ ਜਾਂਦੀਆਂ ਤਾਂ ਮੈਸੇਜ ਆਉਂਦਾ ਵੀ ਇਹ ਖਰੀਦ ਇਹਦੀ ਹੋਣੀ ਨਹੀਂ। ਉਹ ਢੇਰੀਆਂ ਵਾਲੇ ਫਾਰਮਰ ਕਹਿੰਦੇ ਵੀ ਸੁੱਕੀਆਂ ਢੇਰੀਆਂ ਫਿਰ ਖਰੀਦੋ, ਪਹਿਲਾਂ ਇੱਧਰੋਂ ਸ਼ੁਰੂ ਕਰੋ। ਉਹਦਾ ਮੇਨ ਕਾਰਨ ਇਹੀ ਹੈ ਕਿ ਅੱਜ ਜੇ ਅਸੀਂ 12% ਤੋਂ ਵੱਧ ਖਰੀਦਦੇ ਹਾਂ, ਇਨ ਫਿਊਚਰ FCI ਵੱਲੋਂ ਸਾਨੂੰ ਉਹਦੇ ਮੋਇਸਚਰ ਕੱਟ ਲਗਾਇਆ ਜਾਂਦਾ ਹੈਗਾ ਜਦੋਂ ਅਸੀਂ ਡਿਸਪੈਚ ਕਰਦੇ ਹਾਂ। ਅਸੀਂ ਸੁੱਕੀ ਕਣਕ ਖਰੀਦਣ ਵਾਸਤੇ ਸਾਡੇ ਕੋਲ ਸਾਰਾ ਤਰ੍ਹਾਂ ਦਾ ਪ੍ਰਬੰਧ ਆ, ਉਹ ਅਸੀਂ ਖਰੀਦਣ ਵਾਸਤੇ ਤਿਆਰ ਹਾਂ। ਕਸ਼ਮੀਰ ਮੰਡੀ ਦੇ ਵਿੱਚ 11,000 ਏਕੜ ਆਪਣਾ ਕਿੱਲਾ, 9,000 ਕਿੱਲਾ ਵੜਤਾ 4 ਦਿਨਾਂ 'ਚ ਹੀ। ਇੰਨੀ ਫਾਸਟ ਕੰਮ ਹੋ ਰਿਹਾ ਅਤੇ ਅਮਲੇ ਨੇ ਤਾਂ ਜੀ ਆਪਦਾ ਕੰਮ ਸਹਿਜਮਤੀ ਨਾਲ ਹੀ ਚੱਲਣਾ, ਉਹ ਮਹੀਨੇ 'ਚ ਕੰਮ ਜਿਹੜਾ ਨਿਬੜਨਾ ਉਹ 4 ਦਿਨਾਂ 'ਚ ਨਹੀਂ ਨਿਬੜ ਸਕਦਾ। 14-18% ਵਾਲੀ ਕਣਕ ਪਹਿਲਾਂ ਉਹਨਾਂ ਨੇ ਲਾ ਰੱਖੀ ਹੈ। ਉਹ ਕਹਿੰਦੇ ਅਸੀਂ ਮੰਡੀਆਂ 'ਚ ਪਹਿਲਾਂ ਆਏ ਹਾਂ, ਸਾਡੀ ਵਾਰੀ ਮੁਤਾਬਕ ਪਹਿਲਾਂ ਸਾਡੀ ਕਣਕ ਦੀ ਖਰੀਦ ਕੀਤੀ ਜਾਵੇ, ਫਿਰ ਅਸੀਂ ਸੁੱਕੀ ਕਣਕ ਖਰੀਦਣ ਦੇਵਾਂਗੇ। ਗਿੱਲੀ ਕਣਕ ਜੋ ਆ ਉਹ ਚੁਕਵਾਈ ਜਾਵੇ ਅਤੇ ਜਿਹੜੇ ਸੁੱਕੀ ਕਣਕ ਖਰੀਦਣ ਤੋਂ ਰੋਕਣ ਵਾਲੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਵਾਲੇ ਬੰਦੇ ਆ, ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ, ਮੇਰਾ ਡਿਪਾਰਟਮੈਂਟ ਮਾਰਕਫੈਡ ਹੈ ਜੀ। ਕੀ ਗੱਲ ਹੋਈ ਹੈ ਕਿ ਜਿਹੜੇ ਤੁਸੀਂ ਅੱਜ ਮੰਗ ਪੱਤਰ ਦੇਣ ਦਾ? ਸਰ, ਅਸੀਂ ਜਦੋਂ ਮੰਡੀਆਂ 'ਚ ਜਾਂਦੇ ਹਾਂ ਉੱਥੇ ਜਿਹੜੀਆਂ ਮੋਇਸਚਰ ਖਰੀਦ ਤੋਂ ਜਿਹੜਾ ਵੱਧ ਪਿਆ ਜੀ, ਉਹ ਢੇਰੀਆਂ ਨੂੰ ਖਰੀਦਣ ਵਾਸਤੇ ਜਿਹੜੇ ਕਿਸਾਨ ਹੈ ਉਹ ਸਾਨੂੰ ਮਜਬੂਰ ਕਰਦੇ ਆ ਜੀ, ਜੇ ਨਹੀਂ ਖਰੀਦਦੇ ਤਾਂ ਉੱਥੇ ਘਿਰਾਓ ਕਰਕੇ ਬੁਰਾ ਭਰਾ ਕਹਿੰਦੇ ਆ ਜੀ, ਧਮਕੀਆਂ ਦਿੰਦੇ ਆ। 2-3 ਮੰਡੀਆਂ 'ਚ ਸਾਡੇ ਇੰਸਪੈਕਟਰਾਂ ਨਾਲ ਇਸ ਤਰ੍ਹਾਂ ਹੋਇਆ ਜੀ, ਇੱਕ ਤਾਂ ਸਾਡੇ ਢੱਡਾ ਮੰਡੀ ਹੈ ਕਿੱਧਰ, ਇੱਕ ਜੈ ਸਿੰਘ, ਇੱਕ ਝੁੰਬਾ ਮੰਡੀ ਹੈ। 3 ਮੰਡੀਆਂ ਦੇ ਵਿੱਚ ਮਤਲਬ ਕਿਸਾਨਾਂ ਦੇ ਵਿੱਚ ਵੱਲੋਂ ਸਾਨੂੰ ਇੱਕ ਕੋਟੜਾ ਕੋੜਿਆਂ ਵਾਲੀ ਕੋਈ ਮੰਡੀ ਹੈ, ਉੱਥੇ ਵੀ ਹੋਇਆ ਸੀ ਕੁਛ। ਕਾਰਨ ਕੀ ਹੈ ਜੀ, ਕਿਉਂ ਜੀ? ਕਾਰਨ ਇਹ ਹੈ ਜੀ, ਮੰਡੀਆਂ ਦੇ ਵਿੱਚ ਜਿਹੜੀਆਂ ਸ਼ੁਰੂਆਤੀ ਢੇਰੀਆਂ ਹੈਗੀਆਂ ਉਹ ਜ਼ਿਆਦਾ ਗਿੱਲੀਆਂ ਸੀਗੀਆਂ ਜੀ, ਮੰਡੀ ਬੋਰਡ ਨੇ ਧਿਆਨ ਨਹੀਂ ਦਿੱਤਾ। ਅਸਲ ਗੱਲ ਇਹ ਹੈ ਜੀ, ਉਦੋਂ ਜੇਕਰ ਫਾਰਮਰਾਂ ਨੂੰ ਅਵੇਅਰ ਕੀਤਾ ਹੁੰਦਾ ਵੀ ਗਿੱਲੀਆਂ ਢੇਰੀਆਂ ਜਿਹੜੀਆਂ ਹੈਗੀਆਂ ਉਹ ਮੰਡੀ 'ਚ ਨਾ ਆਉਣ ਜਾਂ ਇੱਕ ਦੋ ਢੇਰੀਆਂ ਚੁਕਵਾਈਆਂ ਜਾਂਦੀਆਂ ਤਾਂ ਮੈਸੇਜ ਆਉਂਦਾ ਵੀ ਇਹ ਖਰੀਦ ਇਹਦੀ ਹੋਣੀ ਨਹੀਂ। ਹੁਣ ਉਹ ਗਲੇ ਦੀ ਹੱਡੀ ਬਣ ਗਈਆਂ ਢੇਰੀਆਂ, ਹਰੇਕ ਮੰਡੀ 'ਚ 20-30, 30-40, 40-50 ਪਈਆਂ। ਉਹ ਢੇਰੀਆਂ ਵਾਲੇ ਫਾਰਮਰ ਕਹਿੰਦੇ ਵੀ ਸੁੱਕੀਆਂ ਢੇਰੀਆਂ ਫਿਰ ਖਰੀਦੋ, ਪਹਿਲਾਂ ਇੱਧਰੋਂ ਸ਼ੁਰੂ ਕਰੋ। ਉੱਥੇ ਫਿਰ ਜਿਹੜਾ ਘਿਰਾਓ ਹੋ ਜਾਂਦਾ ਜੀ, ਫਿਰ ਉਹ ਬੁਰਾ ਬੁਰਾ ਭਲਾ ਵੀ ਬੋਲਦੇ ਆ ਇੰਸਪੈਕਟਰ ਨੂੰ, ਹੋਰ ਵੀ ਕਰਦੇ ਆ ਜੀ। ਖਰੀਦ ਦੀ ਨਵੀਂ ਕਿੰਨੀ ਤੱਕ? ਖਰੀਦ ਦੀ ਨਵੀਂ 12% ਤੱਕ ਹੈ ਜੀ। ਕਿੰਨੀ ਆ ਰਹੀ ਹੈ ਜੀ? ਉੱਥੇ ਜਿਹੜੀਆਂ ਹੁਣ ਜਿਹੜੀਆਂ ਆ ਰਹੀਆਂ ਉਹ ਤਾਂ ਮਤਲਬ ਮੋਇਸਚਰ ਠੀਕ ਆ ਰਿਹਾ ਜੀ, ਜਿਹੜੀਆਂ ਪੁਰਾਣੀਆਂ ਢੇਰੀਆਂ ਪਈਆਂ ਜਿਹੜੀਆਂ ਗਿੱਲੀਆਂ ਲੋਕਾਂ ਨੇ ਜਾਣਬੁੱਝ ਕੇ ਵੱਢੀਆਂ, ਮੰਨ ਲਓ ਅਸੀਂ ਤਾਂ ਇਹੀ ਕਹਾਂਗੇ, ਉਹਨਾਂ ਦਾ ਜਿਹੜਾ ਮੋਇਸਚਰ 15 ਤੋਂ ਲੈ ਕੇ 18-17-19 ਤੱਕ ਹੈਗਾ ਜੀ, ਉਹ ਹਰੇਕ ਮੰਡੀ ਦੇ ਵਿੱਚ ਪਈਆਂ ਜੀ। ਇੱਕ ਵਾਰੀ ਮੰਡੀ 'ਚ ਕਿਹਾ ਸੀਗਾ ਵੀ ਜਦੋਂ ਟਰਾਲੀ ਆਉਂਦੀ ਸੀ ਉਹਦੀ ਮੋਇਸਚਰ ਚੈੱਕ ਕਰਿਆ ਜਾਂਦਾ ਸੀਗਾ, ਜੇ ਸਹੀ ਹੁੰਦੀ ਸੀ ਤਾਂ ਹੀ ਤਾਂ ਉਤਾਰੀ ਜਾਂਦੀ ਸੀ, ਨਹੀਂ ਵਾਪਸ ਕਰੀ ਜਾਂਦੀ। ਕਿਸੇ ਨੇ ਕੀਤਾ ਹੀ ਨਹੀਂ ਜੀ, ਪਹਿਲਾਂ ਕਰਿਆ ਸੀਗਾ ਜੀ ਇੱਕ ਵਾਰੀ, ਉਹ ਕਰਿਆ ਸੀ ਵਧੀਆ ਰਿਹਾ, ਉਦੋਂ ਬਾਅਦ ਕੰਮ ਵੀ ਵਧੀਆ ਚੱਲਿਆ ਜੀ। ਇਸ ਵਾਰ ਤਾਂ ਇਹ ਲੱਗਦਾ ਵੀ ਜਿਵੇਂ ਮੰਡੀ ਬੋਰਡ ਤਾਂ ਸੁੱਤਾ ਹੀ ਪਿਆ ਹੁੰਦਾ, ਕਦੇ ਦੇਖਿਆ ਨਹੀਂ ਜੀ। ਤੇ ਅੱਜ ਫਿਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਤਾਂ ਇੱਕ ਵਾਰੀ DSA ਨੂੰ ਮਿਲਣਾ ਜੀ ਅਤੇ DFSC ਮੈਡਮ ਨੂੰ ਮਿਲੇ ਸੀ ਵੀ ਇਸ ਤਰ੍ਹਾਂ ਤਾਂ ਸਾਤੋਂ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ, ਬੁਰਾ ਭਲਾ ਵੀ ਕਹਿੰਦੇ, ਫਾਰਮਰ ਹੋਰ ਵੀ ਕਹਿੰਦੇ ਜੀ, ਗਲਤੀ ਕਿਸੇ ਦੀ ਆ, ਨਤੀਜਾ ਕੋਈ ਭੁਗਤਦਾ ਜੀ। ਹੁਣ ਮੰਡੀਆਂ ਦਾ ਜਿਹੜਾ ਖਰੀਦ ਦਾ ਕੰਮ ਜਾਰੀ ਰਹੂਗਾ ਕਿ ਬੰਦ ਹੋਊਗਾ? ਅਸੀਂ ਜਾਂਦੇ ਨਹੀਂ ਜੀ, ਜਿੰਨਾ ਚਿਰ ਉਹ ਮੰਡੀਆਂ ਦੇ ਵਿੱਚ ਜਿਹੜੀਆਂ ਗਿੱਲੀਆਂ ਢੇਰੀਆਂ ਉਹ ਨਹੀਂ ਚੁਕਵਾਈਆਂ ਜਾਂਦੀਆਂ ਅਸੀਂ ਖਰੀਦ ਕਰਨ ਨਹੀਂ ਜਾਂਦੇ, ਫਿਰ ਉਹ ਵਿੱਚ ਉੱਠੇ ਸਿੱਧੇ ਤਰੀਕੇ ਨਾਲ ਪਾਉਣਗੇ ਜੀ। ਅਤੇ ਜਿਹੜੀਆਂ ਬੰਦਿਆਂ ਨੇ ਧਮਕੀਆਂ ਦਿੱਤੀਆਂ ਜੀ, ਨਜਾਇਜ਼ ਸਾਡੇ 'ਤੇ ਐਲੀਗੇਸ਼ਨ ਲਾਏ ਆ, ਉਹਨਾਂ ਦੇ ਖਿਲਾਫ਼ ਕਾਰਵਾਈ ਹੋਊਗੀ ਤਾਂ ਅਸੀਂ ਜਾਵਾਂਗੇ, ਨਹੀਂ ਤਾਂ ਅਸੀਂ ਇੱਥੇ ਬੈਠੇ। ਕਿਸਾਨਾਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਵੀ ਜਿਹੜੇ ਇੰਸਪੈਕਟਰ ਆ ਉਹ ਜਾਂ ਕੁਛ
ਉਸੇ ਦੇ ਖਿਲਾਫ ਹੀ ਅਸੀਂ ਆਏ ਹਾਂ ਨਾ ਜੀ। ਜਾਣ ਬੁੱਝ ਕੇ ਸਾਡੇ ਅਕਸ ਨੂੰ ਖਰਾਬ ਕਰਦੇ ਆ, ਵੀ ਧਮਕੀਆਂ ਵੀ ਦਿੰਦੇ ਆ ਵੀ ਜੇ ਨਹੀਂ ਖਰੀਦੀ ਤਾਂ ਵੀ ਇਸ ਤਰ੍ਹਾਂ ਤੁਹਾਨੂੰ ਬਦਨਾਮ ਕਰਾਂਗੇ ਜਾਂ ਹੋਰ ਜੀ। ਹਾਂਜੀ ਵੀਰ ਜੀ, ਕੀ ਨਾਮ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ, ਮੈਂ ਪੰਸਪ ਦੇ ਵਿੱਚ ਇੰਸਪੈਕਟਰ ਹਾਂ। ਕੀ ਕਾਰਨ ਹੋਇਆ ਗਿਆ ਅੱਜ ਜਿਹੜੇ ਇਕੱਠੇ ਹੋਏ? ਇਕੱਠੇ ਤਾਂ ਜੀ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ, ਉਵੇਂ ਵੀ ਹਾਈ ਮੋਇਸਚਰ ਵਾਲਾ ਜਿਹੜਾ ਹੈਗਾ ਸਾਡਾ ਗ੍ਰੇਨ, ਉਹ ਅਸੀਂ ਨਹੀਂ ਖਰੀਦ ਸਕਦੇ। ਉਹਦਾ ਮੇਨ ਕਾਰਨ ਇਹੀ ਹੈ ਕਿ ਅੱਜ ਜੇ ਅਸੀਂ 12% ਤੋਂ ਵੱਧ ਖਰੀਦਦੇ ਹਾਂ, ਇਨ ਫਿਊਚਰ FCA ਵਨੀਓ ਸਾਨੂੰ ਉਹਦੇ ਮੋਇਸਚਰ ਕੱਟ ਲਗਾਇਆ ਜਾਂਦਾ ਗਾ ਜਦੋਂ ਅਸੀਂ ਡਿਸਪੈਚ ਕਰਦੇ ਹਾਂ, ਫਿਰ ਉਹ ਸਾਡੀਆਂ ਸੈਲਰੀਆਂ ਦੇ ਵਿੱਚੋਂ ਕੱਟਿਆ ਜਾਂਦਾ ਅਤੇ ਉਹ ਸਾਨੂੰ ਚਾਰਜਸ਼ੀਟਾਂ ਇਸ਼ੂ ਹੁੰਦੀਆਂ ਹੈਗੀਆਂ। ਸਾਰੇ ਇੰਸਪੈਕਟਰ ਇਸੇ ਚੀਜ਼ ਤੋਂ ਡਰੇ ਹੋਏ ਆ ਵੀ ਸਾਡੀਆਂ ਚਾਰਜਸ਼ੀਟਾਂ ਨਾ ਇਸ਼ੂ ਹੋਣ, ਵਧੀਆ ਕੰਮ ਕੀਤਾ ਜਾਵੇ। ਅਸੀਂ ਸੁੱਕੀ ਕਣਕ ਖਰੀਦਣ ਵਾਸਤੇ ਸਾਡੇ ਕੋਲ ਸਾਰਾ ਤਰ੍ਹਾਂ ਦਾ ਪ੍ਰਬੰਧ ਆ, ਉਹ ਅਸੀਂ ਖਰੀਦਣ ਵਾਸਤੇ ਤਿਆਰ ਹਾਂ। ਕੁਝ ਕਿਸਾਨਾਂ ਦੇ ਵੀਡੀਓ ਵਾਇਰਲ ਹੋਣੇ, ਉਹ ਕਹਿੰਦੇ ਵੀ ਇੰਸਪੈਕਟਰ ਜੇ ਮੰਡੀਆਂ 'ਚ ਨਹੀਂ ਆ ਰਹੇ ਜਾਂ ਉਹ ਕੁਛ ਪੈਸੇ ਦੀ ਮੰਗ ਕਰ ਰਹੇ ਤਾਂ ਨਹੀਂ ਖਰੀਦ ਰਹੇ। ਇਹ ਦੇਖੋ ਜੀ, ਸਾਰਾ ਸਰਾਸਰ ਝੂਠ ਆ ਜੀ, ਐਵੇਂ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਹਰ ਬੰਦਾ ਆਪਣੀ ਐਫੀਸ਼ੀਐਂਸੀ ਦੇ ਹਿਸਾਬ ਨਾਲ ਕੰਮ ਕਰ ਰਿਹਾ, ਔਰ ਮਲਟੀ ਮੰਡੀਆਂ ਹੋਣ ਕਰਕੇ ਜੇ ਇੱਕ ਇੰਸਪੈਕਟਰ ਇੱਕ ਮੰਡੀ 'ਚ ਬਿਜ਼ੀ ਆ, ਉੱਥੇ ਉਸ ਯੂਨੀਅਨ ਵੰਨੀ ਦਿੱਤੇ ਹੋਏ ਟਾਈਮ 'ਤੇ ਨਹੀਂ ਪਹੁੰਚਦਾ, ਤਾਂ ਉਹਦੇ ਨਾਲ ਇਹ ਬਦਸਲੂਕੀ ਕੀਤੀ ਜਾਂਦੀ ਹੈ ਜੀ। ਹੁਣ ਜਿਹੜੇ ਬਾਈ ਜੀ ਨਾਲ ਗੱਲ ਹੋਈ ਆ, ਉਹਨਾਂ ਕੋਲ 6-7 ਮੰਡੀਆਂ ਗੀਆਂ, ਉਹ ਉੱਧਰ ਆਪਣੇ ਮਹਿਤਾ ਮੰਡੀ 'ਚ ਬਿਜ਼ੀ ਸੀਗੇ ਅਤੇ ਉਹਨੂੰ ਝੁੰਬਿਆਉਣ ਲਈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ, ਉਹ ਇੱਕ ਮੰਡੀ ਛੱਡ ਕੇ ਦੂਜੀ ਮੰਡੀ 'ਚ ਕਿਵੇਂ ਜਾਣਗੇ ਜੀ? ਇਹ ਕਾਰਨਾਂ ਕਰਕੇ ਚਲੋ ਹੈਗਾ ਸਰ। ਹੁਣ ਕਦੋਂ ਤੱਕ ਇਹ ਖਰੀਦ ਦਾ ਕੰਮ ਬੰਦ ਰਹੂਗਾ? ਦੇਖੋ ਜੀ, ਅਗਲੀ ਕਾਲ ਤੱਕ ਹੈ ਜੀ, ਅਫਸਰਾਂ ਨੂੰ ਮਿਲਦੇ ਹਾਂ, ਆਪਣੇ ਉੱਚ ਅਧਿਕਾਰੀਆਂ ਨਾਲ ਅਸੀਂ ਤਾਲਮੇਲ ਕੀਤਾ ਗਾ, ਉੱਥੇ ਉਹਨਾਂ ਦਾ ਕੀ ਫੈਸਲਾ, ਕੀ ਰਵੱਈਆ, ਕੀ ਸਾਡੇ ਸਮਾਧਾਨ ਕਰਦੇ ਆ, ਉਦੋਂ ਤੱਕ ਅਸੀਂ ਮਤਲਬ ਕੁਛ ਕਹਿ ਨਹੀਂ ਸਕਦੇ। ਹਜੇ ਤੱਕ ਸਾਡੀ ਸਟ੍ਰਾਈਕ ਹੈ ਜੀ। ਇੱਕ ਜਦੋਂ ਕਈ ਸਾਲ 10 ਸਾਲ ਪਹਿਲਾਂ ਗੱਲ ਕਰੀਏ, ਹੜੰਬਿਆਂ ਨਾਲ ਕਣਕਾਂ ਵੱਢੀਆਂ ਜਾਂਦੀਆਂ ਸੀ, ਮਹੀਨਾ ਮਹੀਨਾ ਡੇਢ ਮਹੀਨਾ ਲੱਗਦਾ ਸੀ। ਓਟ ਸ਼ਮੀਰ ਮੰਡੀ ਦੇ ਵਿੱਚ 11,000 ਏਕੜ ਆਪਣਾ ਕਿੱਲਾ, 9,000 ਕਿੱਲਾ ਵੱਢਤਾ 4 ਦਿਨਾਂ 'ਚ ਜੀ। ਇੰਨੀ ਫਾਸਟ ਕੰਮ ਹੋ ਰਿਹਾ ਅਤੇ ਅਮਲੇ ਨੇ ਤਾਂ ਜੀ ਆਪਦਾ ਕੰਮ ਸਹਿਜਮਤੇ ਨਾਲ ਹੀ ਚੱਲਣਾ, ਉਹ ਮਹੀਨੇ 'ਚ ਕੰਮ ਜਿਹੜਾ ਨਿਬੜਨਾ ਉਹ 4 ਦਿਨਾਂ 'ਚ ਨਹੀਂ ਨਿਬੜ ਸਕਦਾ। ਔਰ ਇਹ ਜਿਹੜੀ ਕਾਹਲੀ ਕਰਦੇ ਆ ਲੋਕ, ਉਹਨਾਂ ਨੂੰ ਚਾਹੀਦਾ ਕਿ ਠਰਮੇ ਨਾਲ ਕੰਮ ਚਲਾਵੇ। ਅਸੀਂ ਵੀ 12-12% ਦੀ ਥਾਂ 'ਤੇ ਰਿਲੈਕਸ ਕਰਦੇ ਹਾਂ, 12.5-13 ਤੱਕ ਵੀ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਵੀ ਰਿਲੈਕਸ ਕਰੀਏ, ਬਟ ਦੇਖੋ ਜੀ ਹਾਲਾਤਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸਾਨੂੰ। ਜਿਹੜੀ ਮੋਇਸਚਰ ਵਾਲੀ ਕਣਕ ਕਰ ਰਹੀ ਹੈ, ਫਿਰ ਉਹ ਗਲ ਵੀ ਰਹੀ, ਉਹ ਖਰਾਬ ਵੀ ਹੋ ਰਹੀ ਹੋਣੀ? ਬਿਲਕੁਲ ਖਰਾਬ ਹੋਣੀ ਹੈ ਜੀ, ਗਦਾਮਾ ਜਾ ਕੇ ਹੋਰ ਵੀ ਖਰਾਬ ਹੋਊਗੀ, ਉਹਦੇ ਸੁਸਰੀ ਲੱਗੂਗੀ, ਉਹਦੇ ਆਟਾ ਬਣੂਗਾ, ਉਹਦਾ ਜ਼ਿੰਮੇਵਾਰ ਇੰਸਪੈਕਟਰ ਨੂੰ ਬਣਾ ਦਿੱਤਾ ਜਾਣਾ, ਬਾਅਦ ਕਿਸੇ ਨੇ ਸਾਡੇ ਨਾਲ ਨਹੀਂ ਖੜਨਾ। ਤਾਂ ਕਰਕੇ ਸਾਡੀ ਬੇਨਤੀ ਹੈ, ਅਸੀਂ ਸਾਰਾ ਕੰਮ ਚਲਾਉਣ ਨੂੰ ਤਿਆਰ ਹਾਂ, ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਥੰਮੇ ਨਾਲ ਚੱਲੋ, ਅਸੀਂ ਮਤਲਬ ਪੂਰਾ ਕੋਆਪਰੇਟ ਕਰਾਂਗੇ ਕਿ ਕੰਮ ਵਧੀਆ ਤਰੀਕੇ ਨਾਲ ਚੱਲੇ। ਕੀ ਨਾਮ ਹੈ ਤੇ ਕਿਹੜਾ ਡਿਪਾਰਟਮੈਂਟ? ਮੇਰਾ ਨਾਮ ਗੁਰਤੇਜ ਸਿੰਘ ਹੈ ਜੀ, ਮੈਂ ਪਣਗਰੇਨ ਮਹਿਕਮੇ ਦਾ ਇੰਸਪੈਕਟਰ ਹੈ ਜੀ। ਕੀ ਮਸਲਾ ਹੋਇਆ ਹੈ ਜਿਹੜਾ ਅੱਜ ਇਕੱਠੇ ਹੋਏ? ਮਸਲਾ ਸਰ ਇਹ ਹੈ ਜੀ, ਦੇਖੋ ਮੰਡੀਆਂ ਦੇ ਵਿੱਚ ਕਣਕ ਆ ਰਹੀ ਹੈ ਪਿਛਲੇ 1 ਹਫ਼ਤੇ ਤੋਂ, ਤਾਂ ਜਿਹੜੀ ਹੁਣ ਥੋੜ੍ਹਾ ਮੌਸਮ ਠੀਕ ਹੋਇਆ, ਹੁਣ ਕਣਕ ਸੁੱਕੀ ਆਉਣੀ ਸ਼ੁਰੂ ਹੋਈ ਹੈ। ਜਿਹੜੀ ਪਿਛਲੇ 1 ਹਫ਼ਤੇ ਦੇ ਵਿੱਚ ਕਣਕ ਆਈ ਆ ਉਹ ਲਗਭਗ ਗਿੱਲੀ ਆਈ ਆ, ਮੋਇਸਚਰ ਉਸਦਾ 13%, 14% ਤੋਂ ਲੈ ਕੇ 20-22%, 23% ਤੱਕ ਵੀ ਮੋਇਸਚਰ ਆਇਆ ਸੀ। ਤਾਂ ਸਾਡੇ ਕੋਲ ਸੁੱਕੀ ਕਣਕ ਨੂੰ ਖਰੀਦਣ ਲਈ ਸਾਰਾ ਬਾਰਦਾਨੇ ਦਾ ਇੰਤਜ਼ਾਮ ਹੈ, ਸਾਡੇ ਕੋਲ ਸਪੇਸ ਦਾ ਇੰਤਜ਼ਾਮ ਹੈ, ਸਾਡਾ ਪੂਰਾ ਸਰਕਾਰੀ ਏਜੰਸੀਆਂ ਦਾ ਸਾਰਾ ਪ੍ਰਬੰਧ ਮੁਕੰਮਲ ਤੌਰ 'ਤੇ ਹੈਗੇ। ਪਰੰਤੂ ਮੰਡੀਆਂ ਦੇ ਵਿੱਚ ਜੋ ਮਾਪਦੰਡ ਹੈ ਸਰਕਾਰੀ, ਉਹ 12% ਤੱਕ ਕਣਕ ਅਸੀਂ ਖਰੀਦ ਸਕਦੇ ਹਾਂ, ਪਰੰਤੂ ਮੰਡੀਆਂ ਦੇ ਵਿੱਚ ਜੋ ਕਿਸਾਨ 14-18% ਵਾਲੀ ਕਣਕ ਪਹਿਲਾਂ ਉਹਨਾਂ ਨੇ ਲਾ ਰੱਖੀ ਹੈ, ਉਹ ਕਹਿੰਦੇ ਅਸੀਂ ਮੰਡੀਆਂ 'ਚ ਪਹਿਲਾਂ ਆਏ ਹਾਂ, ਸਾਡੀ ਵਾਰੀ ਮੁਤਾਬਕ ਪਹਿਲਾਂ ਸਾਡੀ ਕਣਕ ਦੀ ਖਰੀਦ ਕੀਤੀ ਜਾਵੇ, ਫਿਰ ਅਸੀਂ ਸੁੱਕੀ ਕਣਕ ਖਰੀਦਣ ਦੇਵਾਂਗੇ, ਜੋ ਕਿ ਬਿਲਕੁਲ ਅਸੰਭਵ ਹੈ। ਅਸੀਂ ਗਿੱਲੀ ਕਣਕ ਖਰੀਦਣ ਦਾ ਸਮਰੱਥ ਹੈ, ਅਤੇ ਉਹ ਸੁੱਕੀ ਕਣਕ ਖਰੀਦ ਲਿਆਉਣ ਵਾਲੇ ਕਿਸਾਨਾਂ ਨਾਲ ਵੀ ਉਹ ਧੱਕਾ ਹੋ ਰਿਹਾ, ਕਿਉਂਕਿ ਉਹਨਾਂ ਦੀ ਕਣਕ ਨੂੰ ਵੀ ਖਰੀਦਣ ਨਹੀਂ ਦਿੱਤਾ ਜਾ ਰਿਹਾ ਗਿੱਲੀ ਕਣਕ ਵਾਲੇ ਕਿਸਾਨਾਂ ਵੱਲੋਂ। ਤਾਂ ਹੁਣ ਇਹਦਾ ਇਹ ਹੱਲ ਹੈ ਜੀ, ਗਿੱਲੀ ਕਣਕ ਜੋ ਆ ਉਹ ਚੁਕਵਾਈ ਜਾਵੇ, ਅਤੇ ਜਿਹੜੇ ਸੁੱਕੀ ਕਣਕ ਖਰੀਦਣ ਤੋਂ ਰੋਕਣ ਵਾਲੇ, ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਵਾਲੇ ਬੰਦੇ ਆ, ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ 3 ਇੰਸਪੈਕਟਰ ਖਰੀਦਣ ਲਈ ਜਾਂਦੇ ਆ, ਉਹਨਾਂ ਦਾ ਘਰਾਓ ਵੀ ਕੀਤਾ ਜਾ ਰਿਹਾ ਕਿ? ਬਿਲਕੁਲ ਜੀ, 3 ਮੰਡੀਆਂ ਦੇ ਵਿੱਚ ਇਹ ਸਮੱਸਿਆ ਆਈ ਹੈ, ਜਿਹੜੀਆਂ ਤੁਹਾਨੂੰ ਪਹਿਲਾਂ ਬਾਈ ਜੀ ਨੇ ਦੱਸੀਆਂ, ਜੈ ਸਿੰਘ ਹੈ, ਝੁੰਬਾ ਹੈ,
ਇੱਕ ਢੱਡੇ ਮੰਡੀ ਆ ਰਾਮਪੁਰਾ ਸਾਈਡ 'ਤੇ, ਉਹਨਾਂ ਮੰਡੀਆਂ ਦੇ ਵਿੱਚ ਇਸ ਤਰ੍ਹਾਂ ਘਿਰਾਓ ਹੋਇਆ ਤਾਂ ਜਿਨ੍ਹਾਂ ਬੰਦਿਆਂ ਨੇ ਘਿਰਾਓ ਕੀਤਾ ਸਾਰੀਆਂ ਵੀਡੀਓਜ਼ ਉਹਨਾਂ ਦੀਆਂ ਆਈਆਂ ਹੋਈਆਂ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਮੰਡੀਆਂ ਦੇ ਵਿੱਚ ਖਾਸ ਕਰਕੇ ਇੰਸਪੈਕਟਰਾਂ ਵਾਲੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਹਨਾਂ ਮੰਡੀਆਂ ਦੇ ਵਿੱਚ ਮਾਹੌਲ ਜੋ ਥੋੜ੍ਹਾ ਹੁਣ ਵਿਗੜਿਆ ਹੋਇਆ ਤਾਂ ਉਹਨਾਂ ਮੰਡੀਆਂ ਦੇ ਵਿੱਚ ਜਿੰਨਾ ਚਿਰ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਹਨਾਂ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ, ਉਹਨਾਂ ਚਿਰ ਅਸੀਂ ਜਿਹੜਾ ਆਪਣਾ ਖਰੀਦ ਦਾ ਕੰਮ ਨੂੰ ਰੋਕ ਰਹੇ ਹਾਂ ਅਤੇ ਆਪਣੀ ਸਟ੍ਰਾਈਕ 'ਤੇ ਜਾ ਰਹੇ ਹਾਂ।